ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਡਾਕਟਰ ਹਰਮਨ ਜੀਰਾ। ਦੋਸਤੋ, ਜਿਨ੍ਹਾਂ ਲੋਕਾਂ ਦੀ ਖੰਘ ਕਾਫੀ ਪੁਰਾਣੀ ਹੋ ਗਈ ਆ ਅਤੇ ਦਵਾਈਆਂ ਲੈਣ ਤੋਂ ਬਾਵਜੂਦ ਵੀ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ, ਸੋ ਅੱਜ ਅਸੀਂ ਉਹਨਾਂ ਬਾਰੇ ਇੱਕ ਨੁਸਖੇ ਦੀ ਗੱਲ ਕਰਾਂਗੇ। ਸੋ ਇਹ ਘਰੇਲੂ ਨੁਸਖਾ, ਇਹਦੇ ਨਾਲ ਸਾਡੀ ਸੁੱਕੀ ਖੰਘ ਦੇ ਨਾਲ ਨਾਲ ਜਿਹੜੀ ਬਲਗਮ ਵਾਲੀ ਖੰਘ ਆ ਉਹਨੂੰ ਵੀ ਆਰਾਮ ਮਿਲ ਜੂਗਾ। ਸੋ ਦੋਸਤੋ, ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਅਤੇ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ 'ਚ ਪਹੁੰਚਾਇਓ ਇਸ ਵੀਡੀਓ ਨੂੰ ਸ਼ੇਅਰ ਕਰਕੇ। ਦੋਸਤੋ, ਜਿਹੜੇ ਨੁਸਖੇ ਦੀ ਅਸੀਂ ਗੱਲ ਕਰ ਰਹੇ ਹਾਂ ਅੱਜ, ਇਹ ਵੱਡਿਆਂ ਨੂੰ ਵੀ ਅਸੀਂ ਦੇ ਸਕਦੇ ਹਾਂ ਅਤੇ ਬੱਚਿਆਂ ਨੂੰ ਵੀ ਦੇ ਸਕਦੇ ਹਾਂ। ਜਿਹੜੀਆਂ ਇਹ ਅਸੀਂ 5 ਚੀਜ਼ਾਂ ਵਰਤਣੀਆਂ ਇਸ ਨੁਸਖੇ 'ਚ, ਇਹ ਸਾਨੂੰ ਆਸਾਨੀ ਨਾਲ ਹੀ ਆਪਦੀ ਰਸੋਈ 'ਚੋਂ ਮਿਲ ਜਾਣਗੀਆਂ। ਦੋਸਤੋ, ਪਹਿਲੇ ਨੰਬਰ 'ਤੇ ਜੇ ਗੱਲ ਕਰੀਏ ਤਾਂ ਉਹ ਆਉਂਦੀ ਆ ਕਾਲੀ ਮਿਰਚ। ਦੋਸਤੋ, ਕਾਲੀ ਮਿਰਚ ਵਿੱਚ ਪੈਪਰਿਨ ਨਾਂ ਦਾ ਇੱਕ ਕੰਪਾਊਂਡ ਪਾਇਆ ਜਾਂਦਾ ਹੈ। ਸੋ ਜਿਹੜਾ ਇਹ ਪੈਪਰਿਨ ਨਾਂ ਦਾ ਕੰਪਾਊਂਡ ਆ, ਇਹਦੇ ਵਿੱਚ ਐਂਟੀ ਇਨਫਲਾਮੇਟਰੀ ਅਤੇ ਐਂਟੀ ਬੈਕਟੀਰੀਅਲ ਗੁਣ ਹੁੰਦੇ ਆ, ਜਿਹੜਾ ਸਾਨੂੰ ਸਾਡੇ ਗਲੇ 'ਚ ਹੋਈ ਇਨਫੈਕਸ਼ਨ ਤੋਂ ਬੜੀ ਜਲਦੀ ਰਾਹਤ ਦਵਾਉਂਦਾ ਹੈ। ਇਹਦੇ ਨਾਲ ਨਾਲ ਦੋਸਤੋ, ਕਾਲੀ ਮਿਰਚ ਵਿੱਚ ਐਕਸਪੈਕਟੋਰੈਂਟ ਪ੍ਰੋਪਰਟੀਜ਼ ਹੁੰਦੀਆਂ ਹੈ, ਭਾਵ ਇਹ ਸਾਡੇ ਸਾਹ ਦੀ ਨਾਲੀ 'ਚ ਜਿਹੜਾ ਰੇਸ਼ਾ ਜੰਮਿਆ ਹੋਇਆ ਹੈ ਉਹ ਰੇਸ਼ੇ ਨੂੰ ਬਾਹਰ ਕੱਢਣ ਦੀ ਤਾਕਤ ਰੱਖਦੀ ਆ। ਸੋ ਦੋਸਤੋ, ਇਹਦੇ ਨਾਲ ਸਾਨੂੰ ਸੁੱਕੀ ਖੰਘ ਨੂੰ ਬੜੀ ਜਲਦੀ ਆਰਾਮ ਮਿਲਦਾ ਹੈ। ਦੋਸਤੋ, ਅਗਲੀ ਜਿਹੜੀ ਚੀਜ਼ ਦੀ ਅਸੀਂ ਵਰਤੋਂ ਕਰਨੀ ਉਹ ਹੈਗਾ ਹੈ ਕਾਲਾ ਨਮਕ। ਦੋਸਤੋ, ਕਾਲਾ ਨਮਕ ਵੀ ਸਾਨੂੰ ਸੁੱਕੀ ਖੰਘ ਅਤੇ ਬਲਗਮ ਵਾਲੀ ਖੰਘ ਤੋਂ ਬੜੀ ਜਲਦੀ ਰਾਹਤ ਦਵਾਉਂਦਾ ਹੈ। ਇਹਦੇ ਨਾਲ ਨਾਲ ਜਿਹੜਾ ਸਾਡੇ ਸੋਜ ਹੋ ਕੇ ਜਿਹੜੀਆਂ ਸਾਡੇ ਸਾਹ ਦੀ ਨਾਲੀ ਕੰਸਟ੍ਰਿਕਟ ਹੋ ਚੁੱਕੀ ਹੁੰਦੀ ਆ, ਕਹਿ ਲਓ ਵੀ ਜਦੋਂ ਸਵੈਲਿੰਗ ਹੁੰਦੀ ਆ ਤਾਂ ਸਾਡੇ ਸਾਹ ਵਾਲਾ ਜਿਹੜਾ ਰਸਤਾ ਹੈ ਉਹ ਤੰਗ ਹੋ ਜਾਂਦਾ ਹੈ, ਜਿਹਦੇ ਕਰਕੇ ਸਾਨੂੰ ਸਾਹ ਲੈਣ 'ਚ ਪਰੇਸ਼ਾਨੀ ਹੁੰਦੀ ਆ। ਸੋ ਦੋਸਤੋ, ਕਾਲਾ ਨਮਕ ਜਿਹੜਾ ਸਾਡੇ ਸਾਹ ਦੇ ਰਸਤੇ ਨੂੰ ਰਿਲੈਕਸ ਕਰਦਾ ਹੈ, ਜਿਹਦੇ ਨਾਲ ਸੋਜ ਘੱਟ ਹੋ ਜਾਂਦੀ ਆ ਅਤੇ ਸਾਡੀ ਸਾਹ ਦੀ ਨਾਲੀ ਪੂਰੀ ਤਰ੍ਹਾਂ ਖੁੱਲ੍ਹ ਜਾਂਦੀ ਆ, ਜਿਹਦੇ ਕਰਕੇ ਸਾਨੂੰ ਸਾਹ ਲੈਣ 'ਚ ਆਸਾਨੀ ਹੋ ਜਾਂਦੀ ਆ। ਸੋ ਦੋਸਤੋ, ਇਹ ਅਸਥਮਾ ਦੇ ਮਰੀਜ਼ਾਂ ਲਈ ਵੀ ਬੜਾ ਵਧੀਆ ਹੁੰਦਾ ਇਹ ਕਾਲਾ ਨਮਕ। ਅਤੇ ਦੋਸਤੋ, ਅਗਲੀ ਜਿਹੜੀ ਅਸੀਂ ਚੀਜ਼ ਇਹ 'ਚ ਮਿਲਾਉਣੀ ਉਹ ਹੈਗੀ ਆ ਅਜਵੈਣ। ਦੋਸਤੋ, ਅਜਵੈਣ ਵੀ ਸਾਡੇ ਸੁੱਕੀ ਅਤੇ ਬਲਗਮ ਵਾਲੀ ਦੋਵਾਂ ਤਰ੍ਹਾਂ ਦੀਆਂ ਜਿਹੜੀ ਖੰਘ ਆ ਉਹਨਾਂ ਨੂੰ ਠੀਕ ਕਰਦੀ ਆ, ਅਤੇ ਇਹਦੇ ਨਾਲ ਨਾਲ ਜਿਹੜੀ ਸਾਡੀ ਛਾਤੀ 'ਚ ਕੰਜੈਸ਼ਨ ਹੋ ਜਾਂਦੀ ਆ, ਜਕੜਨ ਹੋ ਜਾਂਦੀ ਆ, ਇਹ ਉਹਨੂੰ ਵੀ ਠੀਕ ਕਰਨ ਦੀ ਤਾਕਤ ਰੱਖਦੀ ਆ ਅਜਵੈਣ। ਦੋਸਤੋ, ਇਸ ਤੋਂ ਬਾਅਦ ਆਉਂਦੀ ਆ ਛੋਟੀ ਇਲਾਇਚੀ। ਦੋਸਤੋ, ਛੋਟੀ ਇਲਾਇਚੀ 'ਚ ਵੀ ਅਜਿਹੇ ਗੁਣ ਹੁੰਦੇ ਆ ਜਿਹੜੇ ਸਾਡੇ ਇਨਫੈਕਸ਼ਨ ਨੂੰ ਬੜੀ ਜਲਦੀ ਠੀਕ ਕਰਦੇ ਆ, ਇਹਦੇ ਨਾਲ ਨਾਲ ਸਾਡੀ ਖੰਘ ਨੂੰ ਬੜੀ ਜਲਦੀ ਰਾਹਤ ਦਵਾਉਂਦੀ ਛੋਟੀ ਇਲਾਇਚੀ ਵੀ। ਦੋਸਤੋ, ਹੁਣ ਜਿਹੜੀ ਅਗਲੀ ਚੀਜ਼ ਅਸੀਂ ਮਿਲਾਉਣੀ ਉਹ ਹੈਗਾ ਹੈ ਅਦਰਕ। ਦੋਸਤੋ, ਅਦਰਕ ਵਿੱਚ ਐਂਟੀ ਇਨਫਲਾਮੇਟਰੀ ਗੁਣ ਪਾਏ ਜਾਂਦੇ ਆ, ਇਹ ਸਾਡੇ ਸਾਹ ਦੀ ਨਾਲੀ ਅਤੇ ਫੇਫੜਿਆਂ 'ਚ ਜਿਹੜੀ ਸੋਜ ਹੋਈ ਹੁੰਦੀ ਆ ਸਾਡੇ ਕੰਜੈਸ਼ਨ ਨੂੰ ਠੀਕ ਕਰਨ ਦੀ ਤਾਕਤ ਰੱਖਦਾ ਅਦਰਕ, ਸਾਡੀ ਸਾਹ ਨਾਲੀ ਨੂੰ ਰਿਲੈਕਸ ਵੀ ਕਰਦਾ ਹੈ ਅਤੇ ਜਿਹੜੀ ਸਾਡੇ ਬਲਗਮ ਰੇਸ਼ਾ ਜੰਮਿਆ ਹੁੰਦਾ ਹੈ ਇਹ ਉਹਨੂੰ ਵੀ ਬਾਹਰ ਕੱਢਣ ਦੀ ਤਾਕਤ ਰੱਖਦਾ ਹੈ। ਅਤੇ ਦੋਸਤੋ, ਅਦਰਕ ਸਾਡੇ ਸਾਈਨੋਸਾਈਟਸ ਦੀ ਪਰੇਸ਼ਾਨੀ ਨੂੰ, ਜਿਹੜੇ ਸਾਡੇ ਸਾਈਨਸ ਬਲੌਕ ਹੋਏ ਹੁੰਦੇ ਆ ਉਹਨਾਂ ਨੂੰ ਵੀ ਖੋਲ੍ਹਦਾ ਹੈ। ਸੋ ਆਓ ਦੋਸਤੋ, ਹੁਣ ਅਸੀਂ ਗੱਲ ਕਰਦੇ ਵੀ ਇਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਕਿੰਨੀ ਕਿੰਨੀ ਮਾਤਰਾ 'ਚ ਮਿਲਾ ਕੇ ਅਸੀਂ ਇਹ ਨੁਸਖਾ ਤਿਆਰ ਕਰਨਾ। ਦੋਸਤੋ, ਇਹ ਨੁਸਖਾ ਤਿਆਰ ਕਰ ਲਈ ਅਸੀਂ 1/4 ਚਮਚ ਲੈਣਾ ਕਾਲੀ ਮਿਰਚ ਦਾ ਪਾਊਡਰ ਅਤੇ 1/4 ਚਮਚ ਲੈਣਾ ਹੈ ਜਿਹੜੀ ਪੀਸੀ ਹੋਈ ਕਾਲੇ ਨਮਕ ਦਾ ਪਾਊਡਰ, 1 ਚਮਚ ਅਜਵੈਣ ਦਾ ਲੈਣਾ ਹੈ ਅਤੇ 4 ਚਮਚ ਅਸੀਂ ਲੈਣੇ ਆ ਪੀਸੇ ਹੋਏ ਅਦਰਕ ਦੇ। ਅਤੇ ਦੋਸਤੋ, 4 ਤੋਂ 5 ਦੀ ਗਿਣਤੀ 'ਚ ਅਸੀਂ ਛੋਟੀਆਂ ਇਲਾਇਚੀਆਂ ਲੈਣੀਆਂ, ਉਹਨਾਂ 'ਚੋਂ ਬੀਜ ਕੱਢ ਲੈਣੇ ਆ। ਸੋ ਇਹਨਾਂ ਦਾ ਬਾਹਰਲਾ ਛਿਲਕਾ ਨਹੀਂ ਅਸੀਂ ਵਰਤਣਾ। ਸੋ ਦੋਸਤੋ, ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਮਿਕਸ ਕਰ ਲੈਣਾ ਹੈ, ਮਿਲਾ ਲੈਣਾ ਹੈ ਅਤੇ ਹੁਣ ਅਸੀਂ 4 ਤੋਂ 5 ਚਮਚੇ ਗੁੜ ਦੇ ਲੈਣੇ, ਉਹਨੂੰ ਕੜਾਹੀ 'ਚ ਗਰਮ ਕਰਨਾ ਹੈ ਅਤੇ ਥੋੜ੍ਹਾ ਜਿਹਾ ਪਾਣੀ ਵੀ ਪਾ ਲੈਣਾ ਤਾਂ ਜੋ ਗੁੜ ਆਸਾਨੀ ਨਾਲ ਜਿਹੜਾ ਉਹ ਘੁਲ ਜੇ। ਸੋ ਦੋਸਤੋ, ਜਦੋਂ ਗੁੜ ਥੋੜ੍ਹਾ ਜਿਹਾ ਗਰਮ ਹੋ ਜੇ ਤਾਂ ਇਹਦੇ ਵਿੱਚ ਜਿਹੜਾ ਵੀ ਅਸੀਂ ਸਾਰਾ ਮਿਸ਼ਰਨ ਤਿਆਰ ਕੀਤਾ ਇਹਨਾਂ ਚੀਜ਼ਾਂ ਦਾ ਇਹ ਮਿਕਸ ਕਰ ਲੈਣਾ ਹੈ। ਦੋਸਤੋ, ਹੁਣ ਇਸ ਤੋਂ ਬਾਅਦ ਫਿਰ ਅਸੀਂ ਸੇਕ ਦਿਵਾਉਣਾ ਥੋੜ੍ਹਾ ਜਿਹਾ, ਪਰ ਧਿਆਨ ਰੱਖਣ ਵਾਲੀ ਗੱਲ ਇਹ ਆ ਵੀ ਗੁੜ ਨੂੰ ਜ਼ਿਆਦਾ ਸੇਕ ਨਾ ਲੱਗੇ, ਕਿਉਂਕਿ ਸੇਕ ਲੱਗਣ ਤੋਂ ਬਾਅਦ ਇਹ ਕਾਲਾ ਪੈ ਜਾਂਦਾ ਹੈ ਅਤੇ ਕੌੜਾ ਹੋ ਜਾਂਦਾ।
ਸੋ ਦੋਸਤੋ ਇਹ ਸਾਰਾ ਨੁਸਖਾ ਜਦੋਂ ਤਿਆਰ ਹੋ ਜੂਗਾ ਤਾਂ ਅਸੀਂ ਇਹਦਾ ਸੇਵਨ ਸਵੇਰੇ ਅੱਧਾ ਚਮਚ ਕਰ ਸਕਦੇ ਹਾਂ ਗਰਮ ਪਾਣੀ ਨਾਲ, ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਚਮਚ ਕੋਸੇ ਪਾਣੀ ਨਾਲ ਲੈਣਾ। ਦੋਸਤੋ ਸਵੇਰ ਵੇਲੇ ਅਸੀਂ ਕਿਸੇ ਵੀ ਵਕਤ ਲੈ ਸਕਦੇ ਹਾਂ। ਅਤੇ ਦੋਸਤੋ 10 ਤੋਂ 15 ਸਾਲ ਤੱਕ ਦੇ ਬੱਚਿਆਂ ਨੂੰ ਅਸੀਂ 1/4 ਭਾਗ ਜਿਹੜਾ ਚਮਚ ਦਾ ਉਹ ਦੇਣਾ ਹੈ। ਸੋ ਦੋਸਤੋ ਇਸ ਨੁਸਖੇ ਦੀ ਵਰਤੋਂ ਅਸੀਂ ਹਫ਼ਤਾ ਵੀ ਪੂਰਾ ਕਰ ਸਕਦੇ ਹਾਂ ਅਤੇ ਮਹੀਨਾ ਵੀ ਕਰ ਸਕਦੇ ਹਾਂ। ਸੋ ਇਹ ਖੰਘ ਜ਼ੁਕਾਮ ਦੇ ਨਾਲ ਨਾਲ ਸਾਡੀ ਸਿਹਤ ਨੂੰ ਹੋਰ ਵੀ ਬੜੇ ਫਾਇਦੇ ਦਿੰਦਾ ਇਹ ਨੁਸਖਾ, ਲਾਭ ਦਿੰਦਾ। ਸੋ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅਤੇ ਆਪਣੇ ਪੇਜ ਨੂੰ ਵੀ ਫੋਲੋ ਕਰ ਲਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਵੀਡੀਓਜ਼ ਬਣਾਉਣਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਅਤੇ ਸੌਖੇ ਤਰੀਕੇ ਨਾਲ ਪਹੁੰਚ ਜਾਣ। ਸੋ ਇਜਾਜ਼ਤ ਦਿਓ, ਧੰਨਵਾਦ।